ਮਹਿਲਾਵਾਂ ਨੂੰ ਮੈਟਰਨਿਟੀ ਲੀਵ ਜਿਹੜੀ ਹੈ, ਜਣੇਪਾ ਛੁੱਟੀਆਂ ਕਹਿੰਦੇ ਹਾਂ ਜਿਹਨੂੰ ਆਪਾਂ, ਉਹ ਮਿਲੂਗੀ। ਇਸ ਤੋਂ ਇਲਾਵਾ ਹਰ ਸਾਲ ਇਹਨਾਂ ਦੇ ਜਿਹੜੇ ਸੈਲਰੀ ਹੈ ਜਾਂ ਜਿਹੜੇ ਭੱਤੇ ਨੇ ਉਹ 'ਚ 5% ਇਨਕਰੀਜ਼, 5% ਵਾਧਾ ਹੋਊਗਾ। ਜਿੰਨੀਆਂ ਵੀ ਛੁੱਟੀਆਂ ਹੋਣਗੀਆਂ, ਉਹਨਾਂ ਪਹਿਲਾਂ ਇਹਨਾਂ ਦੀਆਂ ਛੁੱਟੀਆਂ ਦੇ ਪੈਸੇ ਕੱਟੇ ਜਾਂਦੇ ਸੀ, ਹੁਣ ਇਹਨਾਂ ਦੀਆਂ ਜਿਹੜੀਆਂ ਛੁੱਟੀਆਂ ਹੋਣਗੀਆਂ ਉਹ ਪੇਡ ਹੋਣਗੀਆਂ, ਜਿਵੇਂ ਦੂਸਰੇ ਟੀਚਰਾਂ ਦੀਆਂ ਆਉਂਦੀਆਂ ਸਰਕਾਰੀ ਟੀਚਰਾਂ ਦੀਆਂ। ਅਤੇ ਜਿਹੜੇ BA MA MBA ਜਿਹਨੇ ਕੋਲ ਇਹ ਡਿਗਰੀਆਂ ਸੀ ਉਹ 11,000 ਰੁਪਏ ਤਨਖਾਹ ਲੈਂਦੇ ਸੀ, ਅਤੇ ਉਹਨਾਂ ਦੀ ਤਨਖਾਹ ਜਿਹੜੀ ਹੈ 23,500 ਕਰਨ ਦਾ ਫੈਸਲਾ ਕਰ ਲਿਆ। ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੱਚੇ ਅਧਿਆਪਕ, ਠੇਕੇ 'ਤੇ ਰੱਖੇ ਹੋਏ ਅਧਿਆਪਕ, ਕਿਸੇ ਸੁਸਾਇਟੀ ਦੇ ਅਧੀਨ ਕੰਮ ਕਰਦੇ, ਕੋਈ ਕੰਟਰੈਕਟ 'ਤੇ, ਬਹੁਤ ਸਾਰੀਆਂ ਕੈਟਾਗਰੀਜ਼, ਬਹੁਤ ਸਾਰੇ ਇਸ ਤਰ੍ਹਾਂ ਦੇ ਅਧਿਆਪਕ ਸੀ ਜਿਨ੍ਹਾਂ ਨੂੰ ਬਹੁਤ ਨਿਗੂਣੀਆਂ ਤਨਖਾਹਾਂ 'ਤੇ ਰੱਖਿਆ ਹੋਇਆ ਸੀ। ਉਹਨਾਂ ਦੇ ਖਰਚੇ ਵੀ ਨਹੀਂ ਪੂਰੇ ਹੁੰਦੇ ਸੀਗੇ ਸਕੂਲ ਆਉਣ ਜਾਣ ਦੇ। ਤਾਂ ਕਈ ਕਾਨੂੰਨੀ ਅੜਚਣਾਂ ਸਰਕਾਰ ਬਣਨ ਤੋਂ ਬਾਅਦ ਪੇਸ਼ ਆਈਆਂ, ਤਾਂ ਅਸੀਂ ਸਾਰੀਆਂ ਅੜਚਣਾਂ ਪੂਰੀਆਂ ਕਰਕੇ ਪਿਛਲੇ ਦਿਨੀ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਸੀ ਕਿ ਅਸੀਂ ਉਹਨਾਂ ਸਾਰੇ ਅਧਿਆਪਕਾਂ ਨੂੰ ਪੱਕੇ ਕਰਨ ਜਾ ਰਹੇ ਹਾਂ। 6,337 ਐਜੂਕੇਸ਼ਨ ਵਲੰਟੀਅਰ, ਇਹਨਾਂ ਵਿੱਚ ਦੋ ਕੈਟਾਗਰੀਜ਼ ਨੇ। ਐਜੂਕੇਸ਼ਨ ਵਲੰਟੀਅਰ ਨੇ ਉਹ 3,500 ਰੁਪਈਆ ਤਨਖਾਹ ਲੈਂਦੇ ਸੀ, ਸਿਰਫ 3,500, ਅਤੇ ਪੰਜਾਬ ਸਰਕਾਰ ਨੇ, ਲੋਕਾਂ ਦੀ ਆਪਣੀ ਸਰਕਾਰ ਨੇ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ 15,000 ਕਰਨ ਦਾ ਫੈਸਲਾ ਲਿਆ। ਅਤੇ ਉਹਦੇ ਵਿੱਚ ਹੀ ਇੱਕ ਹੋਰ ਕੈਟਾਗਰੀ ਹੈ EGS, EIE ਅਤੇ STR। ਇਹ ਜਿਹੜੇ ਟੀਚਰ ਸੀ ਇਹ 6,000 ਰੁਪਇਆ ਤਨਖਾਹ ਲੈਂਦੇ ਸੀ, ਅਤੇ ਇਹਨਾਂ ਦੀ ਤਨਖਾਹ ਜਿਹੜੀ ਹੈ ਉਹ 18,000 ਕਰਨ ਦਾ ਫੈਸਲਾ ਲਿਆ ਗਿਆ। ਦੂਜੀ ਕੈਟਾਗਰੀ ਹੈ ਐਜੂਕੇਸ਼ਨ ਪ੍ਰੋਵਾਈਡਰ, ਸਿੱਖਿਆ ਪ੍ਰੋਵਾਈਡਰ ਕਹਿ ਦਿੰਦੇ ਹਾਂ। ਇਹਦੇ ਵਿੱਚ 5,337 ਜਿਹੜੇ ਨੇ, ਉਹਦੇ ਵਿੱਚ ਵੀ ਅੱਗੇ 3 ਕੈਟਾਗਰੀਜ਼ ਨੇ। ਜਿਹੜੇ 9,500 ਰੁਪਇਆ ਤਨਖਾਹ ਲੈਂਦੇ ਸੀ, ਸਿੰਪਲ BA ਕੀਤੀ ਹੋਈ ਜਿਨ੍ਹਾਂ ਨੇ, 9,500 ਰੁਪੀਸ ਉਹਨਾਂ ਦੀ ਪਰ ਮੰਥ ਤਨਖਾਹ ਸੀ, ਸੈਲਰੀ ਸੀ। 9,500 ਵਾਲਿਆਂ ਨੂੰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਉਹਨਾਂ ਦੀ ਤਨਖਾਹ 20,500 ਹੋਊਗੀ ਪਰ ਮੰਥ। ਅਤੇ ਇੱਕ ਜਿਹੜੇ ETT ਐਂਡ NTT ਕੀਤੀ ਹੋਈ ਹੈ ਡਿਗਰੀ ਉਹਨਾਂ ਨੇ, ਉਹ 10,250 ਰੁਪਈਆ ਤਨਖਾਹ ਲੈਂਦੇ ਸੀ, ਉਹਨਾਂ ਦੀ ਤਨਖਾਹ ਜਿਹੜੀ ਹੈ ਉਹ 22,000 ਰੁਪਈਆ ਕਰਨ ਦਾ ਫੈਸਲਾ ਕੀਤਾ ਗਿਆ। ਅਤੇ ਜਿਹੜੇ BA MA MBA ਜਿਹਨੇ ਕੋਲ ਇਹ ਡਿਗਰੀਆਂ ਸੀ ਉਹ 11,000 ਰੁਪਇਆ ਤਨਖਾਹ ਲੈਂਦੇ ਸੀ, ਅਤੇ ਉਹਨਾਂ ਦੀ ਤਨਖਾਹ ਜਿਹੜੀ ਹੈ 23,500 ਕਰਨ ਦਾ ਫੈਸਲਾ ਕਰ ਲਿਆ। ਅਤੇ ਇੱਕ ਇਹਨਾਂ ਦੇ ਵਿੱਚ ਹੋਰ ਕੈਟਾਗਰੀ ਹੈ ਜਿਹ 'ਚ 1,036 ਨੇ, 1,036 ਇਹਦੇ ਵਿੱਚ ਮੁਲਾਜ਼ਮ ਨੇ, IEV ਵਲੰਟੀਅਰ। ਇਹਨਾਂ ਦੀ ਤਨਖਾਹ ਸਿਰਫ 5,500 ਰੁਪਈਆ ਸੀ, ਅਤੇ ਅਸੀਂ ਉਹਨਾਂ ਦੀ ਤਨਖਾਹ 15,000 ਕਰਨ ਦਾ ਫੈਸਲਾ ਕੀਤਾ। ਔਰ ਇਹਦੇ ਵਿੱਚ ਜਿਹੜੇ ਹੋਰ ਭੱਤੇ ਮਿਲਣਗੇ ਮੈਂ ਉਹਨਾਂ ਦਾ ਵੀ ਜਿਹੜਾ ਵੇਰਵਾ ਦੇ ਦਿੰਦਾ। ਜਿੰਨੀਆਂ ਵੀ ਛੁੱਟੀਆਂ ਹੋਣਗੀਆਂ, ਉਹਨਾਂ ਪਹਿਲਾਂ ਇਹਨਾਂ ਛੁੱਟੀਆਂ ਦੇ ਪੈਸੇ ਕੱਟੇ ਜਾਂਦੇ ਸੀ,
ਹੁਣ ਇਹਨਾਂ ਦੀਆਂ ਜਿਹੜੀਆਂ ਛੁੱਟੀਆਂ ਹੋਣਗੀਆਂ ਉਹ ਪੇਡ ਹੋਣਗੀਆਂ, ਜਿਵੇਂ ਦੂਸਰੇ ਟੀਚਰਾਂ ਦੀਆਂ ਆਉਂਦੀਆਂ, ਸਰਕਾਰੀ ਟੀਚਰਾਂ ਦੀਆਂ। ਮਹਿਲਾਵਾਂ ਨੂੰ ਮੈਟਰਨਿਟੀ ਲੀਵ ਜਿਹੜੀ ਹੈ, ਜਣੇਪਾ ਛੁੱਟੀਆਂ ਕਹਿੰਦੇ ਹਾਂ ਜਿਹਨੂੰ ਆਪਾਂ, ਉਹ ਮਿਲੂਗੀ। ਇਸ ਤੋਂ ਇਲਾਵਾ ਹਰ ਸਾਲ ਇਹਨਾਂ ਦੇ ਜਿਹੜੇ ਸੈਲਰੀ ਹੈ ਜਾਂ ਜਿਹੜੇ ਭੱਤੇ ਨੇ ਉਹ 'ਚ 5% ਇਨਕਰੀਜ਼, 5% ਵਾਧਾ ਹੋਊਗਾ। ਅਤੇ ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਨੌਕਰੀ ਕਰਨ ਦੀ ਉਮਰ ਹੈ ਉਹ 58 ਸਾਲ, ਜੋ ਕਿ ਪੰਜਾਬ ਸਰਕਾਰ ਦਾ ਰੂਲ ਹੈ, 58 ਸਾਲ ਤੱਕ ਇਹ ਨੌਕਰੀ ਕਰਨ ਦੇ ਯੋਗ ਹੋਣਗੇ।